ਪਠਾਨਕੋਟ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਮੰਚ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਦਸਖਤ ਮੁਹਿੰਮ ਜਾਰੀ ਰੱਖੀ ਹੋਈ ਹੈ। ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਵਾਧੇ ਦਾ ਵਿਰੋਧ ਜਾਰੀ ਰੱਖਣਗੇ। ਪਠਾਨਕੋਟ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਮੰਚ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ 'ਚ ਕੀਤੇ ਜਾ ਰਹੇ ਵਾਧੇ ਵਿਰੁੱਧ ਇੱਕ ਦਸਤਖਤ ਮੁਹਿੰਮ ਜਾਰੀ ਰੱਖੀ ਹੋਈ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਬਿਜਲੀ 2 ਤੋਂ 3 ਰੁਪਏ ਪ੍ਰਤੀ ਯੂਨਿਟ ਹੈ, ਜਦੋਂ ਕਿ ਪੰਜਾਬ ਵਿੱਚ ਹੀ ਬਿਜਲੀ ਦੀ ਪੈਦਾਵਾਰ ਹੋਣ 'ਤੇ ਇੱਥੋਂ ਦੇ ਵਸਨੀਕਾਂ ਨੂੰ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਸੰਸਥਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ 'ਤੇ ਉਹਨਾਂ ਨੂੰ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ। ਲਾਸਟ ਟਾਈਮ ਮੀਟਿੰਗ ਕੀਤੀ ਸੀ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਬਿਜਲੀ ਦੇ ਜਿਹੜੇ ਦਰਾਂ ਜਿਹੜੀਆਂ ਵਧਾ ਦਿੱਤੀਆਂ ਗਈਆਂ, ਉਸ ਤੋਂ ਜਿਹੜੀ ਪਬਲਿਕ ਹੈ ਬਹੁਤ ਨਿਰਾਸ਼ ਹੈ। ਔਰ ਅਸੀਂ ਲਾਸਟ ਟਾਈਮ ਮੀਡੀਆ ਨਾਲ ਵੀ ਰੂਬਰੂ ਹੁੰਦੇ ਆ, ਆਪਾਂ ਕਿਹਾ ਗਿਆ ਸੀ ਵੀ ਅਸੀਂ ਸਿਗਨੇਚਰ ਅਭਿਆਨ ਜਿਹੜਾ ਹੈ ਉਹ ਵਾਰਡ ਟੂ ਵਾਰਡ ਜਾ ਕੇ ਸ਼ੁਰੂ ਕਰਾਂਗੇ। ਅੱਜ ਸਭ ਤੋਂ ਪਹਿਲਾਂ ਅਸੀਂ ਵਾਰਡ ਨੰਬਰ 24 'ਚ ਮੈਡਮ ਮਮਤਾ ਜੀ ਨੇ ਸਾਨੂੰ ਇਨਵਾਈਟ ਕੀਤਾ ਸੀ ਔਰ ਉਹਨਾਂ ਨੇ ਮੇਰੇ ਖਿਆਲ ਤਕਰੀਬਨ 70 ਤੋਂ 80 ਸਿਗਨੇਚਰ ਕਰਵਾਏ ਨੇ। ਔਰ ਜਨਤਾ ਦੀ ਪਿਆਰੀ, ਜਨਤਾ ਦੀ ਆਵਾਜ਼ ਹੈ ਵੀ ਅਗਰ ਅਦਰ ਸਟੇਟ ਦੇ ਵਿੱਚ 2.5 ਰੁਪਏ ਜਾਂ 3.5 ਰੁਪਏ ਯੂਨਿਟ ਹੈ ਤਾਂ ਸਾਡੇ ਪੰਜਾਬ 'ਚੋਂ 10 ਰੁਪਏ ਯੂਨਿਟ ਕਿਉਂ? ਇਹਨਾਂ ਦਾ ਇੱਕੋ ਹੀ ਸਵਾਲ ਹੈ। ਅਸੀਂ ਇਹ ਜਿਹੜਾ ਮੰਗ ਪੱਤਰ ਇਹਨਾਂ ਨੇ ਦਿੱਤਾ ਹੈ ਇਹ ਅਸੀਂ ਚੀਫ ਜਸਟਿਸ ਸਾਹਿਬ ਨੂੰ ਪਹੁੰਚਾ ਦਿੱਤਾ ਜਾਏਗਾ ਔਰ ਤਦ ਤੱਕ ਇਹ ਮੁਹਿੰਮ ਸਾਡੀ ਕੰਟੀਨਿਊ ਰਹੇਗੀ ਜਦ ਤੱਕ ਪਬਲਿਕ ਦੀ ਆਵਾਜ਼ ਜਿਹੜੀ ਆ ਚੀਫ ਜਸਟਿਸ ਤੱਕ ਨਹੀਂ ਪਹੁੰਚਦੀ। ਪਠਾਨਕੋਟ ਤੋਂ ਗੁਰਦੇਵ ਸਿੰਘ ਜੋਹਲ ਦੀ ਰਿਪੋਰਟ।